8 ਦਾ ਟਾਈਮ ਸੀ, ਮੈਂ ਆਪਣੀ ਦੁਕਾਨ ਬੰਦ ਕਰ ਰਿਹਾ ਸੀ, ਮੈਂ ਤੇ ਮੇਰਾ ਭਰਾ ਸੀਗਾ, ਦੋ ਲੜਕੇ ਆਏ ਅੰਡਰ ਏਜ ਨੀਅਰ ਅਬਾਊਟ, ਉਹਨਾਂ ਦੀ ਉਮਰ 17-18 ਸਾਲ ਹੋਣੀ, ਆਏ ਕਿ 2 ਮਿੰਟ ਦੁਕਾਨ ਖੋਲੀ ਰੱਖੀ ਬੰਦ ਨਾ ਕਰੀ। ਮੈਂ ਕਿਹਾ ਭਾਈ ਸਾਹਿਬ ਸਮਾਨ ਅੰਦਰ ਹੋ ਗਿਆ, ਖੋਲੀ ਰੱਖੀ। ਮੈਂ ਕਿਹਾ ਦੱਸੋ ਕੀ ਚਾਹੀਦਾ, ਘਿਓ ਕੱਢ, ਤੇਲ ਕੱਢ, ਤੈਨੂੰ ਸੁਣਿਆ ਨੀ, ਮੈਂ ਪਿਸਟਲ ਕੱਢ ਲਾਂਗਾ। ਇਸ ਤਰ੍ਹਾਂ ਮੈਂ ਸ਼ਾਮੀ 7 ਵਜੇ ਆਪਣੀ ਦੁਕਾਨ ਬੰਦ ਕਰ ਰਿਹਾ ਸੀ, 8 ਵਜੇ ਦਾ ਟਾਈਮ ਸੀਗਾ ਜੀ, 8 ਵਜੇ ਦਾ ਟਾਈਮ ਸੀ, ਮੈਂ ਆਪਣੀ ਦੁਕਾਨ ਬੰਦ ਕਰ ਰਿਹਾ ਸੀ, ਮੈਂ ਤੇ ਮੇਰਾ ਭਰਾ ਸੀਗਾ, ਦੋ ਲੜਕੇ ਆਏ ਅੰਡਰ ਏਜ ਨੀਅਰ ਅਬਾਊਟ, ਉਹਨਾਂ ਦੀ ਉਮਰ 17-18 ਸਾਲ ਹੋਣੀ, ਆਏ ਕਿ 2 ਮਿੰਟ ਦੁਕਾਨ ਖੋਲੀ ਰੱਖੀ ਬੰਦ ਨਾ ਕਰੀ। ਮੈਂ ਕਿਹਾ ਭਾਈ ਸਾਹਿਬ ਸਮਾਨ ਅੰਦਰ ਹੋ ਗਿਆ, ਖੋਲੀ ਰੱਖੀ। ਮੈਂ ਕਿਹਾ ਦੱਸੋ ਕੀ ਚਾਹੀਦਾ, ਘਿਓ ਕੱਢ, ਤੇਲ ਕੱਢ, ਤੈਨੂੰ ਸੁਣਿਆ ਨੀ, ਮੈਂ ਪਿਸਟਲ ਕੱਢ ਲਾਂਗਾ। ਸਮਾਨ ਕੱਢ, ਮੈਂ ਜੇਲ੍ਹ ਚ ਸਮਾਨ ਭੇਜਣਾ, ਹੁਣੇ ਸਮਾਨ ਕੱਢ, ਬਦਾਮ ਕੱਢ, ਕਾਜੂ ਕੱਢ। ਉਸੇ ਟਾਈਮ ਉਹਨੇ ਬਾਊਜੀ ਪਿਸਟਲ ਵਿਖਾਣ ਲੱਗ ਪਿਆ, ਸਾਡੀ ਜਾਨ ਹੋ ਗਈ, ਸਾਰਾ ਸਮਾਨ ਫੜਿਆ ਤੇ ਫਰਾਰ ਹੋ ਗਏ ਜਨਾਬ। ਮੈਨੂੰ ਮਾਰਨ ਦੀ ਧਮਕੀ ਦਿੱਤੀ, ਕਹਿੰਦਾ ਇਹ ਸੱਚੋ ਮੇਰੀ ਜੇਬ 'ਚ ਆ, ਅਗਰ ਕਿਸੇ ਨੇ ਕੋਈ ਵਾਰਦਾਤ ਜਾਂ ਕਿਸੇ ਸਵੇਰੇ ਕੰਪਲੇਂਟ ਦਿੱਤੀ ਤਾਂ ਦੁਕਾਨ ਨਹੀਂ ਖੁੱਲੂਗੀ ਸਵੇਰੇ, ਤੁਹਾਡੀ ਲਾਸ਼ਾਂ ਵਿਛਾ ਦਿਆਂਗਾ ਮੈਂ। ਇੰਨੇ ਵਜੇ ਦਾ ਸਮਾਂ ਸੀਗਾ ਤੇ ਸਰ 8:30 ਵਜੇ ਦਾ ਸਮਾਂ ਸੀਗਾ, 8:30 ਵਜੇ ਦਾ ਸਮਾਂ ਵਗਦਾ ਬਾਜ਼ਾਰ ਹੈ। ਪੁਲਿਸ ਪ੍ਰਸ਼ਾਸਨ ਨੂੰ 20-25 ਮਿੰਟ ਹੋ ਗਏ ਫੋਨ ਕੀਤਾ, ਹਜੇ ਤੱਕ ਕੋਈ ਪੁਲਿਸ ਦਾ ਬੰਦਾ ਸਾਡੇ ਕੋਲ ਨਹੀਂ ਪਹੁੰਚਿਆ ਹੋਇਆ ਹੈ, ਕੋਈ PCR ਇੱਥੇ, ਕੋਈ ਵੀ PCR ਕਿਸੇ ਵੀ ਟਾਈਮ ਕੋਈ ਨਹੀਂ ਆਂਦੀ ਜਾਂਦੀ। ਕਿੱਥੇ ਦੁਕਾਨ ਕਿੱਥੇ ਮੌਜੂਦ ਹੈਗੀ ਤੁਹਾਡੀ? ਅਜਾਦ ਚੌਂਕ ਤੇ ਦੁਕਾਨ ਭਰੇ ਬਾਜ਼ਾਰ 'ਚ ਦੁਕਾਨ ਮੌਜੂਦ ਹੈਗੀ ਹੈ। ਪਹਿਲੇ ਵੀ ਘਟਨਾ ਇਸ ਚੌਂਕ ਤੇ ਸੀ, ਇਸ ਚੌਂਕ ਤੇ ਹਰ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਦੁਕਾਨਦਾਰ ਨੂੰ ਆ ਕੇ ਧਮਕੀਆਂ ਮਿਲਦੀ ਹੈ, ਸਮਾਨ ਲੁੱਟ ਕੇ ਲੈ ਜਾਂਦੇ ਹੈ। ਪੂਰੀ ਛਾਵਣੀ 'ਚ ਕੰਮ ਹੈ ਜੀ, ਪੂਰੀ ਛਾਵਣੀ 'ਚ ਗੁੰਡਾ ਗੱਡੀ। ਮੇਰਾ ਨਾਮ ਅਸ਼ੋਕ ਮਾਵਰ ਹੈ। ਸਰ, ਜੋ ਅੱਜ ਇਹ ਮਸਲਾ ਹੋਇਆ ਹੈ, ਸਰ ਕੀ ਕਹਿਣਾ ਚਾਹੇਂਗੇ ਇਸਕੇ ਬਾਰੇ ਮੇਂ? ਆ ਜਿਹੜਾ ਮਸਲਾ ਹੈਗਾ, ਸਾਡੀ ਟੀਮ ਬਣ ਗਈ ਹੈ, ਹੁਣ ਟੀਮਾਂ ਬਣਾ ਕੇ ਹੁਣ ਰੇਡ ਕਰ ਰਹੇ ਹਾਂ, ਅਸੀਂ ਹੋਪਫੁਲ ਹਾਂ, ਅਸੀਂ ਮਾਰਨਿੰਗ ਤੇ ਬੰਦਾ ਫੜ ਲਾਂਗੇ, ਠੀਕ ਹੈ ਜੀ। ਨਾਲ ਦੇ ਨਾਲ ਮੈਂ ਆ ਵੀ ਆਸ਼ਵਾਸਨ ਦਿੰਦਾ ਕਿ ਜਿਹੜਾ ਹੈਗਾ ਪੈਟਰੋਲਿੰਗ ਬੜਾਈ ਜਾ ਰਹੀ ਹੈ। ਸਰ, ਇਹਨਾਂ ਵੱਲੋਂ ਜਿਹੜਾ ਰੋਡ ਜਾਮ ਕਰ ਦਿੱਤਾ ਗਿਆ, ਸਰ ਫਿਰ ਵੀ ਜਿਹੜਾ ਖੋਲਣ ਦੀ ਜਦ ਤੱਕ ਕੋਈ ਗੱਲਬਾਤ ਨਹੀਂ? ਨਹੀਂ, ਇਹਨੂੰ ਅਸੀਂ ਗੱਲਬਾਤ ਕੀਤਾ ਹੈਗਾ, ਗੱਲਬਾਤ ਕਰਕੇ ਰੋਡ ਜਿਹੜੀ ਹੈ ਉਹ ਖੁੱਲ ਗਈ ਹੈਗੀ, ਤੇ ਜਿਹੜਾ ਬੰਦਾ ਹੈਗਾ ਉਹ ਪਹਿਲਾਂ ਵੀ ਪਰਚੇ 'ਚ ਨੋਮੀਨੇਟ ਸੀਗਾ, ਹੁਣ ਬਾਹਰ ਆਇਆ ਹੈਗਾ, 5-10 ਦਿਨ ਪਹਿਲਾਂ ਉਹਨੂੰ ਦੁਬਾਰਾ ਫੜ ਕੇ ਪਰਚਾ ਦੇ ਰਿਹਾ ਸੀ, ਪਰਚਾ ਦੇ ਕੇ ਹੁਣੀ ਹੁਣੀ ਫੜ ਲਾਂਗੇ। ਸਰ, ਅੱਜ ਦਿਨ ਚੋਣੀ 'ਚ ਵਾਰਦਾਤਾਂ ਦਾ ਅੰਜਾਮ ਦਿੱਤਾ ਜਾ ਰਿਹਾ, ਸਰ ਕਿਵੇਂ ਦੇਖਦੇ ਹੋ? ਨਹੀਂ, ਆਹ ਤਾਂ ਦੇਖੋ ਨਹੀਂ ਕਰਾਉਣੀ ਚਾਹੀਦੀ ਸਰ, ਲੱਗਦਾ ਨਹੀਂ? ਆਹ ਤਾਂ ਦੇਖੋ, ਆਹ ਹੁਣ ਬਹੁਤ ਦਿਨੋਂ ਤੱਕ ਕੋਈ ਵਾਰਦਾਤ ਨਹੀਂ ਸੀਗੀ, ਆਹ ਤਾਂ ਪਹਿਲੀ ਵਾਰਦਾਤ ਜਿਹੜੀ ਧਿਆਨ 'ਚ ਆਈ ਹੈ, ਇਹ ਹੁਣੀ ਬੰਦਾ ਫੜ ਲਾਂਗੇ। ਸਰ, ਇਹਨਾਂ ਦਾ ਕਹਿਣਾ ਕਿ ਕੁਝ ਦਿਨ ਪਹਿਲਾਂ ਵੀ ਜਿਹੜਾ ਇੱਥੇ ਮਾਰਕੁੱਟ ਕਰਕੇ ਜਿਹੜੇ ਆ ਲੁੱਟ ਖੋ ਕੀਤੀ ਸੀ, ਪਰ ਉਹ ਡਰਾਵਾ ਦੇ ਕੇ ਜਾਂਦੇ ਆ ਕਿ ਉਹ ਵੀ ਵੈਰੀਫਾਈ ਕਰਾਵਾਂਗੇ, ਉਹ ਵੀ ਵੈਰੀਫਾਈ ਕਰਾਵਾਂਗੇ। ਸਰ, ਬੰਦੇ ਦੀ ਕੋਈ ਪਛਾਣ ਹੋਈ? ਬੰਦਾ ਪਛਾਣ ਲਿਆ ਗਿਆ, ਪਰਚਾ ਦੇ ਰਿਹਾ ਸੀ, ਤੇ ਬੰਦਾ ਵੀ ਫੜ ਲਾਂਗੇ ਮਾਰਨਿੰਗ ਮਾਰਨਿੰਗ ਤੱਕ। ਰੇਡ ਟੀਮਾਂ ਬਣਾ ਕੇ ਰੇਡ ਕੀਤੀ ਜਾ ਰਹੀ ਆ, ਹੁਣੀ ਫੜ ਲਾਂਗੇ ਤੇ ਰੋਡ ਵੀ ਖੁੱਲ ਗਿਆ ਹੈਗਾ। ਧੰਨਵਾਦ ਜੀ। ਪ੍ਰਧਾਨ ਜੀ, ਕਿਵੇਂ ਦੇਖਦੇ ਹੋ ਕਿ ਚੋਣੀ ਦੇ ਵਿੱਚ ਜਿਹੜੀ ਆਏ ਦਿਨ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਨੇ, ਪ੍ਰਸ਼ਾਸਨ ਜਿਹੜੀ ਆ ਕਿਵੇਂ ਦੇਖਦੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ? ਦੇਖੋ ਜੀ, ਇਸ ਵੇਲੇ ਹਾਲਾਤ ਇਹ ਨੇ ਬਈ, ਜਦੋਂ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ, ਪ੍ਰਸ਼ਾਸਨ ਬਿਲਕੁਲ ਸੁਸਤ ਹੋ ਗਿਆ, ਕੋਈ ਸੁਣਵਾਈ ਨਹੀਂ ਹੈ, ਸਰੇਆਮ ਜੂਏ ਸੱਟੇ ਚੱਲ ਰਹੇ ਹੈ, ਸਰੇਆਮ ਸਟੋਰੀ ਆਪਣਾ ਕੰਮ ਕਰ ਰਹੇ ਹੈ, ਗਲੀ ਮਹੱਲੇ ਨੁੱਕੜ ਦਾ ਸਰੇਆਮ ਨਸ਼ਾ ਵਿਕ ਰਿਹਾ, ਵਪਾਰੀਆਂ ਦੀ ਕੋਈ ਸੁਰੱਖਿਆ ਨਹੀਂ ਹੈ। ਦਿਨ ਦਿਹਾੜੇ ਆਹ ਜਿਹੜੇ ਮੁੰਡੇ ਲੁੱਟਾਂ ਕਰਕੇ ਲਾਏ ਗਏ ਹੈ, ਇਹ ਮੁੰਡੇ ਪਹਿਲਾਂ ਵੀ ਇਸੇ ਚੌਕ ਦੇ ਵਪਾਰੀ ਨੂੰ ਲੁੱਟ ਚੁੱਕੇ ਹੈ। ਮੈਂ ਹੁਣੇ SP ਸਾਹਿਬ ਨੂੰ ਫੋਨ ਕੀਤਾ,
ਤੇ ਐਸਪੀ ਸਾਹਿਬ ਕਹਿੰਦੇ ਉਹ ਅਪਰਾਧੀ ਦੁਬਾਰਾ ਵਾਪਸ ਆ ਗਿਆ। ਇਟ ਮੀਨਸ ਪੁਲਿਸ ਪ੍ਰਸ਼ਾਸਨ ਨੂੰ ਪਤਾ ਵੀ ਕਿਹੜੇ ਕਿਹੜੇ ਬੰਦੇ ਨੇ। ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਕੋਈ ਵੀ ਸਾਡੀਆਂ ਧੀਆਂ ਮਾਵਾਂ ਭੈਣਾਂ ਸੁਰੱਖਿਅਤ ਨਹੀਂ ਹੈਗੀਆਂ ਨੇ। ਕਿਸੇ ਦਾ ਮੋਬਾਈਲ ਖੋ ਲੈਂਦੇ ਆ, ਕਿਸੇ ਦੀ ਚੈਨ ਖੋ ਲੈਂਦੇ ਆ, ਕਿਸੇ ਦੀ ਬਾਲੀਆਂ ਖੋ ਲੈਂਦੇ ਆ। ਅੱਜ ਜਿਹੜੇ ਪਿਸਤੌਲ ਦਿਖਾ ਕੇ ਵਪਾਰੀ ਨੂੰ ਲੁੱਟਿਆ ਗਿਆ, ਇਹ ਬਹੁਤ ਸ਼ਰਮਨਾਕ ਗੱਲ ਹੈ। ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ, ਜੇ ਸਵੇਰ ਤੱਕ ਗ੍ਰਿਫਤਾਰੀ ਨਾ ਹੋਈ ਅਸੀਂ ਅਨਿਸ਼ਚਿਤ ਕਾਲ ਵਾਸਤੇ ਬਾਜ਼ਾਰ ਬੰਦ ਰੱਖਾਂਗੇ ਤੇ ਨਾਲੇ ਅਸੀਂ ਧਰਨਾ ਲਾਵਾਂਗੇ, ਸੜਕਾਂ ਜਾਮ ਕਰਾਂਗੇ, ਤੇ ਜੇ ਕੱਲ ਨੂੰ ਕੋਈ ਵੀ ਅਵੀਨਵੀ ਹੋ ਗਈ ਉਹਦਾ ਪ੍ਰਸ਼ਾਸਨ ਜ਼ਿੰਮੇਦਾਰ ਹੋਏਗਾ। ਸਾਡੇ ਅਸ਼ੋਕ ਮਾਵਰ ਜੀ ਨੇ, ਇਹ ਪੂਰਵ ਜ਼ਿਲ੍ਹਾ ਪ੍ਰਧਾਨ ਨੇ ਵਪਾਰ ਮੰਡਲ ਦੇ, ਜੇ ਸਾਡਾ ਪੂਰਵ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਸੁਰੱਖਿਅਤ ਨਹੀਂ ਹੈ, ਆਜ਼ਾਦ ਚੌਕ ਜਿੱਥੇ ਸਾਰਾ ਕਰਿਆਨੇ ਦਾ ਮੋਟਾ ਕੰਮ ਹੁੰਦਾ, ਲੱਖਾਂ ਦੀਆਂ ਪੇਮੈਂਟਾਂ ਦਾ ਲੈਣ ਦੇਣ ਹੁੰਦਾ, ਉਹ ਬਜਾਅ ਸੁਰੱਖਿਅਤ ਨਹੀਂ ਹੈ ਤੇ ਛੋਟਾ ਵਪਾਰੀ ਕਿੱਥੋਂ ਸੁਰੱਖਿਅਤ ਰਹੇਗਾ? ਕੀ ਨਾਮ ਹੈ ਜੀ ਤੁਹਾਡਾ? ਇਹਨਾਂ ਦਾ ਨਾਮ ਅਸ਼ੋਕ ਮਾਵਰ ਹੈ ਜੀ। ਪ੍ਰਧਾਨ ਜੀ, ਕਿਵੇਂ ਦੇਖਦੇ ਹੋ ਕਿ ਛੋਣੀ ਦੇ ਵਿੱਚ ਜਿਹੜੀ ਆਏ ਦਿਨ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ, ਪ੍ਰਸ਼ਾਸਨ ਜਿਹੜੀ ਹੈ ਕਿਵੇਂ ਦੇਖਦੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ? ਦੇਖੋ ਜੀ, ਇਸ ਵੇਲੇ ਹਾਲਾਤ ਇਹ ਨੇ ਬਈ ਜਦੋਂ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ, ਪ੍ਰਸ਼ਾਸਨ ਬਿਲਕੁਲ ਸੁਸਤ ਹੋ ਗਿਆ, ਕੋਈ ਸੁਣਵਾਈ ਨਹੀਂ ਹੈ, ਸਰੇਆਮ ਜੂਏ ਸੱਟੇ ਚੱਲ ਰਹੇ ਹੈ, ਸਰੇਆਮ ਸਟੋਰੀ ਆਪਣਾ ਕੰਮ ਕਰ ਰਹੇ ਹੈ, ਗਲੀ ਮਹੱਲੇ ਨੁੱਕੜ ਦਾ ਸਰੇਆਮ ਨਸ਼ਾ ਵੀ ਕਰਿਆ, ਵਪਾਰੀਆਂ ਦੀ ਕੋਈ ਸੁਰੱਖਿਆ ਨਹੀਂ ਹੈ। ਦਿਨ ਦਿਹਾੜੇ ਆਹ ਜਿਹੜੇ ਮੁੰਡੇ ਲੁੱਟਾ ਕਰਕੇ ਲਾਏ ਗਏ ਹੈ, ਇਹ ਮੁੰਡੇ ਪਹਿਲਾਂ ਵੀ ਇਸੇ ਚੁੱਕ ਦੇ ਵਪਾਰੀ ਨੂੰ ਲੁੱਟ ਚੁੱਕੇ ਹੈ। ਮੈਂ ਹੁਣੇ ਐਸਪੀ ਸਾਹਿਬ ਨੂੰ ਫੋਨ ਕੀਤਾ ਤੇ ਐਸਪੀ ਸਾਹਿਬ ਕਹਿੰਦੇ ਉਹ ਅਪਰਾਧੀ ਦੁਬਾਰਾ ਵਾਪਸ ਆ ਗਿਆ। ਇਟ ਮੀਨਸ ਪੁਲਿਸ ਪ੍ਰਸ਼ਾਸਨ ਨੂੰ ਪਤਾ ਵੀ ਕਿਹੜੇ ਕਿਹੜੇ ਬੰਦੇ ਨੇ। ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਕੋਈ ਵੀ ਸਾਡੀਆਂ ਧੀਆਂ ਮਾਵਾਂ ਭੈਣਾਂ ਸੁਰੱਖਿਅਤ ਨਹੀਂ ਹੈਗੀਆਂ ਨੇ। ਕਿਸੇ ਦਾ ਮੋਬਾਈਲ ਖੋ ਲੈਂਦੇ ਆ, ਕਿਸੇ ਦੀ ਚੈਨ ਖੋ ਲੈਂਦੇ ਆ, ਕਿਸੇ ਦੀ ਬਾਲੀਆਂ ਖੋ ਲੈਂਦੇ ਆ। ਅੱਜ ਜਿਹੜੇ ਪਿਸਤੌਲ ਦਿਖਾ ਕੇ ਵਪਾਰੀ ਨੂੰ ਲੁੱਟਿਆ ਗਿਆ, ਇਹ ਬਹੁਤ ਸ਼ਰਮਨਾਕ ਗੱਲ ਹੈ। ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ, ਜੇ ਸਵੇਰ ਤੱਕ ਗ੍ਰਿਫਤਾਰੀ ਨਾ ਹੋਈ ਅਸੀਂ ਅਨਿਸ਼ਚਿਤ ਕਾਲ ਵਾਸਤੇ ਬਾਜ਼ਾਰ ਬੰਦ ਰੱਖਾਂਗੇ ਤੇ ਨਾਲੇ ਅਸੀਂ ਧਰਨਾ ਲਾਵਾਂਗੇ, ਸੜਕਾਂ ਜਾਮ ਕਰਾਂਗੇ, ਤੇ ਜੇ ਕੱਲ ਨੂੰ ਕੋਈ ਵੀ ਅਵੀਨਵੀ ਹੋ ਗਈ ਉਹਦਾ ਪ੍ਰਸ਼ਾਸਨ ਜ਼ਿੰਮੇਦਾਰ ਹੋਏਗਾ। ਸਾਡੇ ਅਸ਼ੋਕ ਮਾਵਰ ਜੀ ਨੇ, ਇਹ ਪੂਰਵ ਜ਼ਿਲ੍ਹਾ ਪ੍ਰਧਾਨ ਨੇ ਵਪਾਰ ਮੰਡਲ ਦੇ, ਜੇ ਸਾਡਾ ਪੂਰਵ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਸੁਰੱਖਿਅਤ ਨਹੀਂ ਹੈ, ਆਜ਼ਾਦ ਚੌਕ ਜਿੱਥੇ ਸਾਰਾ ਕਰਿਆਨੇ ਦਾ ਮੋਟਾ ਕੰਮ ਹੁੰਦਾ, ਲੱਖਾਂ ਦੀਆਂ ਪੇਮੈਂਟਾਂ ਦਾ ਲੈਣ ਦੇਣ ਹੁੰਦਾ, ਉਹ ਬਜਾਅ ਸੁਰੱਖਿਅਤ ਨਹੀਂ ਹੈ ਤੇ ਛੋਟਾ ਵਪਾਰੀ ਕਿੱਥੋਂ ਸੁਰੱਖਿਅਤ ਰਹੇਗਾ? ਕੀ ਨਾਮ ਹੈ ਤੁਹਾਡਾ? ਇਹਨਾਂ ਦਾ ਨਾਮ ਅਸ਼ੋਕ ਮਾਵਰ ਹੈ ਜੀ।